कुछ बदले बदले एमपी बिट्टू ताखां च हार मगरों बिट्टू दा नवा अंदाज कि बिट्टू च दिख रही है सिद्धू दी झलक नीले रंग दा कुर्ता पजामा ते गुलाबी रंग दी दस्तार नूं वेख लगदा है कि नवजोत सिद्धू किसे काम दा जायजा ले रहे ने पर नहीं ਇਹ ਤਾਂ ਐਮਪੀ ਰਵਨੀਤ ਬਿੱਟੂ ਨੇ ਜੀ ਹਾਂ ਐਮਪੀ ਬਿੱਟੂ ਵੱਲੋਂ ਆਪਣੇ ਫੇਸਬੁੱਕ ਤੇ ਪਾਈਆਂ ਗਈਆਂ ਇਹਨਾਂ ਤਸਵੀਰਾਂ ਦੀ ਚਰਚਾ ਇਸੇ ਲਈ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਨਵਾਂ ਅੰਦਾਜ਼ ਕੁਝ ਕੁਝ ਉਹਨਾਂ ਦੇ ਸਾਥੀ ਯਾਨੀ ਨਵਜੋਤ ਸਿੱਧੂ ਵਰਗਾ ਲੱਗ ਰਿਹਾ ਹੈ ਦਰਸਲ ਦਾਖਾ 'ਚ ਹਾਰ ਦੇ ਬਾਅਦ ਕਾਂਗਰਸ ਹਲਕੇ 'ਚ ਖੁਦ ਨੂੰ ਹੋਰ ਮਜ਼ਬੂਤ ਕਰਨ 'ਚ ਜੁਟ ਗਈ ਹੈ ਇਸੇ ਲਈ ਤਾਂ ਨਤੀਜਿਆਂ ਦੇ ਅਗਲੇ ਹੀ ਦਿਨ ਯਾਨੀ ਅੱਜ ਐਮਪੀ ਬਿੱਟੂ ਆਪਣੇ ਹਲਕੇ 'ਚ ਨਿਕਲ ਪਏ ਜਿਨ੍ਹਾਂ ਜਗਰਾਓਂ ਪੁਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਪਰ ਇਸ ਦੌਰਾਨ ਉਹਨਾਂ ਦਾ ਅੰਦਾਜ਼ ਨਵਜੋਤ ਸਿੱਧੂ ਦਾ ਭੁਲੇਖਾ ਪਾਉਂਦਾ ਨਜ਼ਰ ਆਇਆ ਕਿਉਂਕਿ ਅਕਸਰ ਬਿੱਟੂ ਸਫੇਦ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆਉਂਦੇ ਨੇ ਜਦਕਿ ਨਵਜੋਤ ਸਿੱਧੂ ਬ੍ਰਾਈਟ ਕਲਰ ਦੇ ਕੰਟਰਾਸਟ ਕੰਬੀਨੇਸ਼ਨਸ ਦੇ ਵਿੱਚ ਦਿਖਦੇ ਨੇ ਖੈਰ ਹੁਣ ਬਿੱਟੂ ਸਾਹਿਬ ਨੇ ਅੰਦਾਜ਼ ਕਿਉਂ ਅਪਣਾਇਆ ਇਹ ਤਾਂ ਉਹੀ ਜਾਣਦੇ ਨੇ ਪਰ ਇਸ ਵੱਖਰੇ ਰੂਪ ਦੇ ਵਿੱਚ ਜੱਜ ਤਾਂ ਐਮਪੀ ਸਾਹਿਬ ਵੀ ਬਥੇਰਾ ਰਹੇ ਨੇ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ